ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਆਪਾਂ ਇਸ ਸਮੇਂ ਹੈਗੇ ਹਾਂ ਸ਼ਹਿਰ ਮਾਛੀਵਾੜੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾਛੀਵਾੜੇ ਦਾ ਬਾਜ਼ਾਰ ਦਿਖਾਵਾਂਗੇ। ਇਸ ਸਮੇਂ ਆਪਾਂ ਬਾਜ਼ਾਰ ਦੇ ਵਿੱਚ ਹਾਂ, ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ, ਸਾਰਾ ਆਪਾਂ ਬਾਜ਼ਾਰ ਤੁਹਾਨੂੰ ਦਿਖਾਉਂਦੇ ਹਾਂ। ਅਤੇ ਇਹ ਸਾਰਾ ਸ਼ਹਿਰ ਮਾਛੀਵਾੜੇ ਦਾ ਬਾਜ਼ਾਰ ਹੈ। ਇੱਧਰ ਦੇਖ ਸਕਦੇ ਹੋ ਤੁਸੀਂ ਨਾਲ ਨਾਲ ਦੁਕਾਨਾਂ, ਅਤੇ ਕਾਫੀ ਵੱਡਾ ਬਾਜ਼ਾਰ ਹੈ ਸ਼ਹਿਰ ਮਾਛੀਵਾੜੇ ਦਾ, ਅਤੇ ਤੁਸੀਂ ਦੇਖ ਸਕਦੇ ਹੋ। ਅਤੇ ਕਾਫੀ ਰੌਣਕ ਹੈ ਬਾਜ਼ਾਰ ਦੇ ਵਿੱਚ। ਜਿਹੜੇ ਆ ਮੋਟਰਸਾਈਕਲ ਖੜ੍ਹੇ ਨੇ ਇੱਥੇ, ਪਾਰਕ ਕੀਤੇ ਹੋਏ ਨੇ, ਅਤੇ ਪਾਰਕ ਕਰਕੇ ਫਿਰ ਸਾਰੇ ਜਿਵੇਂ ਬਾਜ਼ਾਰ 'ਚ ਜਿਹੜੇ ਆਉਂਦੇ ਨੇ ਸ਼ੋਪਿੰਗ ਵਾਸਤੇ, ਉਹ ਬਾਜ਼ਾਰ 'ਚ ਚਲੇ ਜਾਂਦੇ ਨੇ। ਅਤੇ ਇੱਧਰ ਨਾਲ ਨਾਲ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ, ਤੁਸੀਂ ਦੇਖ ਸਕਦੇ ਹੋ। ਆ ਜਿਵੇਂ ਕੱਪੜੇ ਵਾਲੀ ਦੁਕਾਨ ਹੋ ਗਈ, ਆਹ ਬਾਣ ਵਾਲੀ ਦੁਕਾਨ ਹੋ ਗਈ, ਹੈ ਨਾ, ਇਸੇ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਹੈਗੀਆਂ ਨੇ। ਅਤੇ ਚੱਲਦੇ ਆਪਾਂ ਸਾਰਾ ਬਾਜ਼ਾਰ ਦੇਖਦੇ ਹਾਂ। ਅਤੇ ਇੱਧਰ ਤੁਸੀਂ ਦੇਖ ਸਕਦੇ ਹੋ ਫੋਨ ਵਾਲੀ ਦੁਕਾਨ ਆ ਗਈ, ਕੱਪੜੇ ਵਾਲੀ ਦੁਕਾਨ ਆ ਗਈ, ਦੋਨੋਂ ਸਾਈਡ ਇਹ ਬਾਜ਼ਾਰ ਆ। ਆ ਦੇਖੋ ਓਪੋ ਦਾ ਬੋਰਡ ਲੱਗਿਆ ਹੋਇਆ, ਜਿਵੇਂ ਕਾਫੀ ਵੱਡੀ ਫੋਨ ਵਾਲੀ ਦੁਕਾਨ ਹੈ। ਅਤੇ ਮੇਨ ਰੋਡ ਤੋਂ ਆਪਾਂ ਐਂਟਰ ਹੋਏ ਹਾਂ ਬਾਜ਼ਾਰ ਦੇ ਵਿੱਚ, ਅਤੇ ਸਿੱਧੀ ਸਿੱਧਾ ਬਾਜ਼ਾਰ ਹੈ ਇਹ, ਕਾਫੀ ਲੰਬਾ। ਅਤੇ ਆ ਦੇਖ ਸਕਦੇ ਹੋ ਇੱਧਰ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ, ਹੈ ਨਾ, ਅਤੇ ਇੱਧਰ ਬਾਈ ਨੇ ਜਿਵੇਂ ਫਲ ਵਾਲੀ ਦੁਕਾਨ ਲਾਈ ਹੋਈ ਆ, ਨਾਲੇ ਮੈਡੀਕਲ ਸਟੋਰ ਆ ਗਿਆ। ਇਹ ਬਾਜ਼ਾਰ ਦੇ ਵਿੱਚ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਦੇਖਣ ਨੂੰ ਮਿਲੂਗੀ। ਆ ਦੇਖੋ ਆ ਡੇਲੀ ਵਰਤੋਂ ਵਾਲਾ ਸਮਾਨ ਘਰਾਂ ਵਾਲਾ, ਹੈ ਨਾ, ਵਾਈਪਰ ਵਗੈਰਾ, ਭਾਂਡੇ ਵਾਲੀਆਂ ਦੁਕਾਨਾਂ, ਫੋਨ ਵਾਲੀ ਦੁਕਾਨ ਆ ਗਈ ਜਿਵੇਂ। ਅਤੇ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਹਰੇਕ ਤਰੀਕੇ ਦਾ ਸਮਾਨ ਤੁਹਾਨੂੰ ਬਾਜ਼ਾਰ ਦੇ ਵਿੱਚ ਦੇਖਣ ਨੂੰ ਜਿਹੜਾ ਮਿਲ ਜੂਗਾ, ਜਿਵੇਂ ਕਰਿਆਨੇ ਦੀਆਂ ਦੁਕਾਨਾਂ, ਕੱਪੜੇ ਵਾਲੀਆਂ ਦੁਕਾਨਾਂ, ਆ ਫਿਰ ਆ ਗਿਆ ਕਰਿਆਨਾ ਸਟੋਰ, ਦੇਖੋ ਕੋਲਡ ਡਰਿੰਕ ਵਗੈਰਾ ਬਾਹਰ ਪਏ ਨੇ, ਲੇਜ਼ ਕੁਰਕਰੇ, ਹੈ ਨਾ, ਹਰੇਕ ਚੀਜ਼ ਮਾਛੀਵਾੜਾ ਸਾਹਿਬ ਦੇ ਬਾਜ਼ਾਰ 'ਚ ਤੁਹਾਨੂੰ ਮਿਲ ਜੂਗੀ। ਆ ਬਾਕੀ ਟਰੰਕ ਵਗੈਰਾ, ਹੋਰ ਘਰਾਂ ਵਾਲਾ ਸਮਾਨ, ਆਓ ਜੀ ਦੇਖ ਸਕਦੇ ਹੋ ਤੁਸੀਂ ਸਾਰਾ ਸਮਾਨ ਬਾਹਰ ਲਾਇਆ ਹੋਇਆ, ਕੱਪੜੇ ਲਾਏ ਹੋਏ ਨੇ ਬਾਹਰ ਛੋਟੇ ਛੋਟੇ ਜਵਾਕਾਂ ਦੇ, ਦੇਖ ਸਕਦੇ ਹੋ। ਉੱਧਰੇ ਵਾਲੇ ਪਾਸੇ ਜਿਵੇਂ ਸਬਜ਼ੀ ਵਾਲੀ ਦੁਕਾਨ ਲੱਗੀ ਹੋਈ ਆ, ਬੈਗਾਂ ਵਾਲੀ ਆ ਗਈ, ਇਸੇ ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਇਹ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਅਤੇ ਕਾਫੀ ਰੌਣਕ ਹੈ ਬਾਜ਼ਾਰ ਦੇ ਵਿੱਚ, ਕਾਫੀ ਇਕੱਠ ਆ, ਤੁਸੀਂ ਦੇਖ ਸਕਦੇ ਹੋ। ਆ ਲਓ ਚੁੰਨੀਆਂ ਬਾਹਰ ਲਾਈਆਂ ਹੋਈਆਂ, ਆ ਕਾਫੀ ਵੱਡੀ ਭਾਂਡੇ ਵਾਲੀ ਦੁਕਾਨ ਆ ਗਈ, ਹੈ ਨਾ, ਅਤੇ ਇੱਧਰ ਵੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਨਾਲ ਨਾਲ। ਬਾਕੀ ਆਹ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੇ ਕੱਪੜੇ, ਟੈਚੀਆਂ ਕੱਪੜੇ ਦੇਖੋ ਕਿਵੇਂ ਬਾਹਰ ਲਾਏ ਹੋਏ ਨੇ, ਐਵੇਂ ਸਬਜ਼ੀ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਜ਼ਾਰ ਦੇ ਵਿੱਚ, ਦੇਖ ਸਕਦੇ ਹੋ ਤੁਸੀਂ। ਅਤੇ ਇੱਧਰ ਫੋਨਾਂ ਵਾਲੀ ਦੁਕਾਨ ਆ ਗਈ, ਕੱਪੜੇ ਵਾਲੀਆਂ, ਬੈਗਾਂ ਵਾਲੀਆਂ ਦੁਕਾਨਾਂ, ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਕੱਪੜੇ ਵਾਲੀਆਂ ਹੈਗੀਆਂ ਨੇ ਬਾਜ਼ਾਰ ਦੇ ਵਿੱਚ। ਬਾਕੀ ਦੁਪਹਿਰ 1 ਵਜੇ ਦਾ ਟਾਈਮ ਹੈ, ਅਤੇ ਦੁਪਹਿਰੇ ਬਾਜ਼ਾਰ ਪੂਰੇ ਭੱਖੇ ਹੁੰਦੇ ਨੇ ਸ਼ਹਿਰਾਂ ਦੇ, ਅਤੇ ਸਵੇਰੇ ਘੱਟ ਭੀੜ ਹੁੰਦੀ ਹੈ ਬਾਜ਼ਾਰਾਂ 'ਚ, ਦੁਪਹਿਰੇ ਅਤੇ ਸ਼ਾਮ ਨੂੰ ਜ਼ਿਆਦਾ। ਆਹ ਕਾਫੀ ਵੱਡਾ ਕਰਿਆਨਾ ਸਟੋਰ ਹੈ ਵੀ, ਦੇਖ ਸਕਦੇ ਹੋ ਤੁਸੀਂ। ਇੱਧਰ ਵੱਡੀਆਂ ਵੱਡੀਆਂ ਦੁਕਾਨਾਂ, ਕੁਛ ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ, ਆਹ ਵੀ ਬਾਹਰ ਲਾਏ ਹੋਏ ਕੱਪੜੇ, ਪੈਂਟਾਂ, ਸ਼ਰਟਾਂ, ਲੋਅਰਾਂ, ਆਹ ਦੇਖ ਸਕਦੇ ਹੋ ਤੁਸੀਂ, ਲਓ ਜੀ ਛੋਟੇ ਛੋਟੇ ਬੱਚਿਆਂ ਦੇ ਕੱਪੜੇ ਵੀ ਨੇ। ਅੱਗੇ ਜਾ ਕੇ ਫਿਰ ਇੱਕ ਚੌਂਕ ਜਿਹਾ ਪੈਂਦਾ, ਅਤੇ ਉੱਥੇ ਵੀ ਕਾਫੀ ਸਾਰੀਆਂ ਗੱਡੀਆਂ ਪਾਰਕ ਕੀਤੀਆਂ ਹੋਈਆਂ ਨੇ, ਉੱਥੇ ਵੀ ਪਾਰਕਿੰਗ ਹੈ ਬਾਜ਼ਾਰ ਦੀ। ਅਤੇ ਆਹ ਕੁਛ ਸਮਾਨ ਪਿਆ ਦੇਖ ਸਕਦੇ ਹੋ ਤੁਸੀਂ ਬਾਹਰ, ਹੋਰ ਘਰਾਂ ਦੀ ਵਰਤੋਂ ਵਾਲਾ ਸਮਾਨ, ਪਲਾਸਟਿਕ ਵਾਲਾ ਸਮਾਨ, ਪੱਖੇ ਵਗੈਰਾ, ਹੈ ਨਾ। ਅਤੇ ਆਹ ਦੇਖ ਸਕਦੇ ਹੋ ਤੁਸੀਂ ਇੱਥੇ ਪਾਰਕ ਕੀਤੀਆਂ ਹੋਈਆਂ ਨੇ ਗੱਡੀਆਂ, ਅਤੇ ਕੁਛ ਕੁ ਕੱਪੜੇ ਆਹ ਲਾਏ ਹੋਏ ਨੇ ਬਾਹਰ, ਦੇਖੋ ਕਾਫੀ ਸਾਰੇ ਗਰਮੀ ਵਾਲੇ ਕੱਪੜੇ ਇੱਥੇ ਲਾਏ ਹੋਏ ਨੇ, ਆਹ ਦੁਕਾਨਾਂ ਦੇਖ ਸਕਦੇ ਹੋ ਤੁਸੀਂ, ਲਓ ਜੀ। ਅਤੇ ਚੱਲਦੇ ਹਾਂ ਆਪਾਂ ਇੱਥੋਂ ਅੱਗੇ ਨੂੰ, ਆਹ ਇੱਥੇ ਪਾਰਕਿੰਗ ਹੈ ਬਾਜ਼ਾਰ ਦੇ ਵਿੱਚ,
ਬਹੁਤ ਸਾਰੀਆਂ ਗੱਡੀਆਂ ਇੱਥੇ ਪਾਰਕਿੰਗ ਚਲਾਈਆਂ ਹੋਈਆਂ ਨੇ। ਕਾਫੀ ਵੱਡਾ ਇਹ ਬਾਜ਼ਾਰ ਆ, ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਕੱਪੜੇ ਵਾਲੀਆਂ ਦੇਖਣ ਨੂੰ ਮਿਲ ਜਾਣਗੀਆਂ। ਆਹ ਸਾਹਮਣੇ ਦੇਖ ਸਕਦੇ ਹੋ ਤੁਸੀਂ, ਕਾਫੀ ਵੱਡੀ ਕੱਪੜੇ ਵਾਲੀ ਦੁਕਾਨ ਹੈ। ਤੇ ਆਹ ਕੁਛ ਜਰਨਲ ਸਟੋਰ ਆ ਗਏ ਸਾਹਮਣੇ, ਜਿਵੇਂ ਫੋਨ ਵਾਲੀ ਆ ਗਈ ਦੁਕਾਨ, ਵੀਵੋ ਲਿਖਿਆ ਹੋਇਆ ਹੈ ਨਾ। ਆਹ ਨਾਲ ਘੜੀਆਂ ਵਾਲੀ ਦੁਕਾਨ ਆ ਗਈ। ਹਰੇਕ ਤਰੀਕੇ ਦੀ ਦੁਕਾਨ ਬਾਜ਼ਾਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੀ ਮਿਲੂਗੀ। ਅਤੇ ਇੱਥੇ ਆ ਕੇ ਜਿਹੜਾ ਬਾਜ਼ਾਰ ਹੈ ਕਾਫੀ ਸੰਘਣਾ ਹੋ ਜਾਂਦਾ। ਇੱਥੇ ਮੋਟਰਸਾਈਕਲ ਲਿਆਉਂਦੇ ਨੇ, ਗੱਡੀਆਂ ਬਾਹਰ ਖੜ੍ਹਦੀਆਂ ਨੇ, ਕਾਫੀ ਸੰਘਣਾ ਹੋ ਗਿਆ ਬਾਜ਼ਾਰ ਹੈ ਇੱਥੇ ਆ ਕੇ। ਆਹ ਕੁਛ ਕੱਪੜੇ ਵਾਲੀਆਂ ਦੁਕਾਨਾਂ ਨੇ, ਕੱਪੜੇ ਬਾਹਰ ਲਾਏ ਹੋਏ ਨੇ ਦੇਖੋ। ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ 'ਤੇ ਕਿ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ। ਆਹ ਏ ਸੀ ਵਾਲੀ ਦੁਕਾਨ ਆ ਗਈ ਦੇਖੋ, ਜਿਵੇਂ ਏ ਸੀ, ਕੂਲਰ, ਫਰਿੱਜ ਸਾਰੇ ਬਾਹਰ ਪਏ ਨੇ। ਆਹ ਬੈਗ ਟੈਚੀਆਂ ਦੇਖੋ, ਬਹੁਤ ਵੱਡੀ ਦੁਕਾਨ ਆ ਬੈਗਾਂ ਵਾਲੀ। ਬਾਕੀ ਆਹ ਕਾਫੀ ਵੱਡੀ ਦੁਕਾਨ ਆ ਗਈ ਕੱਪੜਿਆਂ ਵਾਲੀ, ਹੈ ਨਾ। ਇੱਧਰ ਵੀ ਕੁਛ ਦੁਕਾਨਾਂ ਨੇ ਤਿੰਨ ਚਾਰ। ਕੱਪੜੇ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ, ਕੱਪੜੇ ਬਾਹਰ ਲਾਏ ਹੋਏ ਨੇ। ਦੋਨੋਂ ਸਾਈਡ ਦੁਕਾਨਾਂ ਨੇ, ਖੱਬੇ ਹੱਥ ਵੀ ਅਤੇ ਸੱਜੇ ਹੱਥ ਵੀ। ਅੱਗੇ ਕੁਛ ਟੇਲਰਾਂ ਦੀਆਂ ਦੁਕਾਨਾਂ ਆ ਗਈਆਂ, ਬੁਟੀਕ ਆ ਗਈਆਂ। ਦੇਖੋ ਕੱਪੜੇ ਬਾਹਰ ਟੰਗੇ ਹੋਏ ਨੇ, ਸਾਰੇ ਕੱਪੜੇ ਡਿਸਪਲੇ ਕੀਤੇ ਹੋਏ ਨੇ। ਆਹ ਕੁਛ ਨਾਲ ਨਾਲ ਇੱਥੇ ਕਰਿਆਨਾ ਸਟੋਰ ਵੀ ਹੈਗੇ ਨੇ। ਕਾਫੀ ਰਸ਼ ਰਹਿੰਦਾ ਇਹ ਬਾਜ਼ਾਰ ਦੇ ਵਿੱਚ। ਅਤੇ ਇੱਥੇ ਵੀ ਕਾਫੀ ਦੁਕਾਨਾਂ ਨੇ ਕੱਪੜੇ ਵਾਲੀਆਂ ਦੇਖ ਸਕਦੇ ਹੋ ਤੁਸੀਂ ਨਾਲ ਨਾਲ। ਅਤੇ ਇੱਧਰ ਆ ਕੁਛ ਕਰਿਆਨਾ ਸਟੋਰ ਆ ਗਏ। ਅਤੇ ਉਰੇ ਪੂਰਾ ਸੰਘਣਾ ਹੋ ਗਿਆ ਬਾਜ਼ਾਰ, ਇੱਥੇ ਮੋਟਰਸਾਈਕਲ ਲਿਆਉਂਦੇ ਨੇ, ਗੱਡੀਆਂ ਨੇ ਜਿਹੜੀਆਂ ਪਿੱਛੇ ਖੜ੍ਹਾ ਕੇ ਆਉਣੀਆਂ ਪੈਂਦੀਆਂ ਨੇ। ਬਾਕੀ ਆਹ ਦੇਖ ਸਕਦੇ ਹੋ ਤੁਸੀਂ ਜਰਨਲ ਸਟੋਰ, ਕਾਫੀ ਵੱਡੇ ਵੱਡੇ। ਆਹ ਕੁਛ ਹੋਰ ਜਵਾਕਾਂ ਦੇ ਖਿਡੌਣੇ ਵਾਲੀਆਂ ਦੁਕਾਨਾਂ, ਐਵੇਂ ਦੀਆਂ ਸਾਰੀਆਂ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ। ਹਰੇਕ ਤਰੀਕੇ ਦੇ ਰੰਗ ਮਿਲਣਗੇ ਦੇਖਣ ਨੂੰ। ਆਹ ਲਹਿੰਗੇ ਅਚਕਨ ਲਓ ਜੀ, ਆਹ ਕੁਛ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ, ਕੱਪੜੇ ਟੰਗੇ ਹੋਏ ਨੇ ਬਾਹਰ। ਕੁਛ ਜਵੈਲਰੀ ਵਾਲੀਆਂ ਸ਼ੋਪਸ ਵੀ ਹੈਗੀਆਂ ਨੇ ਇੱਥੇ ਬਾਜ਼ਾਰ ਦੇ ਵਿੱਚ। ਇਸੇ ਤਰ੍ਹਾਂ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ। ਇੱਧਰ ਵੀ ਜਵੈਲਰੀ ਵਾਲੀਆਂ ਸ਼ੋਪਸ, ਕੱਪੜੇ ਵਾਲੀਆਂ ਸ਼ੋਪਸ, ਕਾਫੀ ਵੱਡਾ ਬਾਜ਼ਾਰ ਆ ਇਹ। ਵੱਡੇ ਰੋਡ ਤੋਂ ਨੀਚੇ ਨੂੰ ਉਤਰ ਗਏ, ਡੇਢ ਕਿਲੋਮੀਟਰ ਮੰਗ ਹੋਊ, ਕਿਲੋ ਡੇਢ ਕਿਲੋਮੀਟਰ ਮੰਗ ਮਾਰਕੀਟ ਹੈ। ਆਹ ਕੁਛ ਦੁਕਾਨਾਂ ਆ ਗਈਆਂ ਉਰੇ ਵੀ, ਜਰਨਲ ਸਟੋਰ। ਹੁਣ ਆਪਾਂ ਆ ਗਏ ਵੱਡੇ ਰੋਡ 'ਤੇ, ਅਤੇ ਇੱਥੇ ਵੱਡੇ ਰੋਡ 'ਤੇ ਵੀ ਕਾਫੀ ਸਾਰਾ ਬਾਜ਼ਾਰ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ। ਇੱਧਰ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ, ਅਤੇ ਆਹ ਸਾਈਡ ਵੀ ਏਜੰਸੀਆਂ ਵੀ ਹੈਗੀਆਂ, ਹਾਂ ਮੋਟਰਸਾਈਕਲਾਂ ਦੀਆਂ ਏਜੰਸੀਆਂ ਹੈਗੀਆਂ ਨੇ। ਅਤੇ ਆਹ ਸਾਈਡ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ, ਤੁਸੀਂ ਦੇਖ ਸਕਦੇ ਹੋ।
ਤੇ ਸਮਰਾਲਾ ਇੱਥੋਂ 9 ਕਿਲੋਮੀਟਰ ਰਹਿ ਜਾਂਦਾ। ਆਹ ਸਮਰਾਲੇ ਵਾਲਾ ਹੀ ਰੋਡ ਹੈ, ਬਾਕੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀਆਂ ਵੱਡੀਆਂ ਜਿਵੇਂ ਰਿਪੇਅਰ ਵਾਲੀਆਂ ਦੁਕਾਨਾਂ ਹਨਾ, ਟਰੈਕਟਰ ਰਿਪੇਅਰ ਵਾਲੀਆਂ ਦੁਕਾਨਾਂ ਆ ਗਈਆਂ। ਤੇ ਆਹ ਸਾਈਡ ਵੀ ਕਾਫੀ ਸਾਰਾ ਬਾਜ਼ਾਰ ਹੈ, ਤੇ ਅੱਗੇ ਸਾਹਮਣੇ ਮੇਨ ਚੌਂਕ ਆ ਜਾਂਦਾ ਮਾਛੀਵਾੜਾ ਸਾਹਿਬ ਦਾ। ਆਹ ਜਨਰੇਟਰ ਵਗੈਰਾ ਸਮਾਰਨ ਵਾਲੀਆਂ ਸਾਰੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਹਨਾ, ਤੇ ਅੱਜ ਟੋਕੇ ਵਾਲੀਆਂ ਮਸ਼ੀਨਾਂ ਪਈਆਂ ਨੇ ਇੱਧਰ, ਤੁਸੀਂ ਦੇਖੋ ਐਵੇਂ ਦਾ ਸਾਰਾ ਬਾਜ਼ਾਰ ਹੈ। ਹਰੇਕ ਤਰੀਕੇ ਦੀ ਚੀਜ਼ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂਗੀ। ਆਲੇ ਦੁਆਲੇ ਦੇ ਪਿੰਡ ਇੱਥੇ ਆਉਂਦੇ ਹੋਣਗੇ ਬਾਈ ਅੰਮ੍ਰਿਤ ਹਨਾ, ਦਰਵਾਜ਼ੇ ਦਰਵੂਜੇ ਵੀ ਹੈਗੇ। ਹਾਂ ਗੇਟ ਪਏ ਨੇ ਦੇਖੋ, ਜਿਵੇਂ ਦੋਨੋਂ ਸਾਈਡ ਮਾਰਕੀਟ ਹੈ। ਆਹ ਸਾਈਡ ਵੀ ਕਰਿਆਨਾ ਸਟੋਰ ਆ ਗਏ, ਕੁਛ ਜੁੱਤੀ ਵਾਲੀਆਂ ਦੁਕਾਨਾਂ ਆ ਗਈਆਂ, ਹਾਂ ਫੋਨਾਂ ਵਾਲੀਆਂ ਦੁਕਾਨਾਂ ਐਵੇਂ ਦੀਆਂ ਦੁਕਾਨਾਂ ਸਾਰੀਆਂ ਬਾਹਰ ਬਾਹਰ ਨੇ, ਤੇ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਨੇ ਸਾਰੀਆਂ ਉਹ ਮਾਰਕੀਟ ਦੇ ਵਿੱਚ ਨੇ, ਜਿਹੜੀ ਆਪਾਂ ਮਾਰਕੀਟ ਤੁਹਾਨੂੰ ਪਹਿਲਾਂ ਦਿਖਾਈ ਆ। ਤੇ ਸਾਹਮਣੇ ਚੌਂਕ ਆ ਗਿਆ ਇੱਕ, ਹਾਂ ਚੌਂਕ ਦੇ ਉੱਪਰ ਦੀ ਘੁੰਮਣਾ ਬਾਈ, ਤੇ ਇਹ ਮੇਨ ਚੌਂਕ ਇਹੀ ਹੋਊ ਬਾਈ। ਮੈਂ ਕਹਿੰਦਾ ਅੰਮ੍ਰਿਤ ਨਾ ਇਹੀ ਹੋ ਸਕਦਾ, ਹਾਂ ਖੰਡਾ ਬਣਿਆ ਹੋਇਆ ਨਾ ਵਿਚਾਲੇ, ਮੇਨ ਚੌਂਕ ਆ ਇਹ। ਖਾਲਸਾ ਚੌਂਕ ਸ਼੍ਰੀ ਮਾਛੀਵਾੜਾ ਸਾਹਿਬ ਚੌਂਕ ਦਾ ਨਾਮ ਆ ਖਾਲਸਾ ਚੌਂਕ। ਇੱਧਰ ਵੀ ਕਾਫੀ ਸਾਰੀਆਂ ਦੁਕਾਨਾਂ ਨੇ, ਕਮੈਂਟ ਕਰਕੇ ਕਿਸੇ ਕੁਝ ਵੀਡੀਓ ਦੇਖਦੇ ਹੋ, ਹਾਂ ਦੇਖਿਆ ਕਰੋ, ਉਹ ਕਰਿਆ ਕਰੋ, ਕਮੈਂਟ ਦੱਸਿਆ ਕਰੋ, ਦੱਸਿਆ ਕਰੋ, ਪਤਾ ਲੱਗ ਜਾਂਦਾ ਵੀ ਇੱਥੇ ਤੱਕ ਬੰਦਾ। ਇੱਧਰ ਬੋਰਡ ਆ ਗਿਆ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ, ਆਹ ਰਸਤਾ ਜਾਂਦਾ ਇੱਥੋਂ ਗੁਰਦੁਆਰਾ ਸਾਹਿਬ ਨੂੰ। ਇਹ ਆਪਾਂ ਵੀਡੀਓ ਪਹਿਲਾਂ ਪਾਈ ਹੋਈ ਆ ਆਪਣੇ ਚੈਨਲ 'ਤੇ, ਉੱਥੋਂ ਤੁਸੀਂ ਦੇਖ ਸਕਦੇ ਹੋ ਸਾਰਾ ਇਤਿਹਾਸ ਉਹ 'ਚ ਗੁਰਦੁਆਰਾ ਸਾਹਿਬ ਦਾ ਦੱਸਿਆ ਹੋਇਆ। ਬਾਕੀ ਇੱਧਰ ਕੁਛ ਬੈਂਕਾਂ ਆ ਗਈਆਂ ਜਿਵੇਂ ਬੈਂਕ ਆਫ ਬੜੌਦਾ, ਐਵੇਂ ਦੀਆਂ ਸਾਰੀਆਂ ਮਾਰਕੀਟ ਦੇ ਵਿੱਚ ਹੈਗੀਆਂ ਨੇ ਦੁਕਾਨਾਂ ਆਲੇ ਦੁਆਲੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਬਾਕੀ ਸ਼ੇਅਰ ਜ਼ਰੂਰ ਕਰਿਆ ਕਰੋ, ਹਾਂ ਵੀਡੀਓ ਸ਼ੇਅਰ ਕਰਿਆ ਕਰੋ। ਆਹ ਪੈਟਰੋਲ ਪੰਪ ਆ ਗਿਆ ਹਨਾ, ਆਹ ਕੁਛ ਸਵੀਟਸ ਵਾਲੀਆਂ ਸ਼ੌਪ ਆ ਗਈਆਂ ਇੱਧਰ। ਆਪਣੀ ਇੱਕ ਕੋਸ਼ਿਸ਼ ਹੁੰਦੀ ਵੀ ਸਾਨੂੰ ਇੱਕ ਵਧੀਆ ਚੀਜ਼ ਦਿਖਾਈਏ, ਹਾਂ ਤੁਸੀਂ ਸ਼ੇਅਰ ਕਰੋਗੇ ਸਾਨੂੰ ਥੋੜ੍ਹੀ ਜਿਹਾ ਉਹ ਮਿਲ ਜਾਂਦੀ ਆ। ਕਿਉਂ ਆਪਾਂ ਨਵਾਂ ਕੰਟੈਂਟ ਆ ਯਾਰ ਇਹ, ਬਿਲਕੁਲ ਜਿਹੜਾ ਆਪਾਂ ਹੁਣ ਆਪਾਂ ਲੈ ਕੇ ਆ ਰਹੇ ਹਾਂ ਨਾ ਤੁਹਾਡੇ ਵਾਸਤੇ, ਜਿਵੇਂ ਅਲੱਗ ਅਲੱਗ ਸ਼ਹਿਰਾਂ ਦੀਆਂ ਵੀਡੀਓਜ਼, ਆਹ ਕੁਛ ਹਾਈਲਾਈਟ ਸੈਂਟਰ ਹੋ ਗਏ, ਆਹ ਸਰਕਾਰੀ ਸਮਾਰਟ ਸਕੂਲ ਆ ਗਿਆ ਇੱਥੇ, ਇੱਧਰ ਨਾਲੇ ਬੈਂਕਾਂ ਨੇ ਗੀਆਂ ਕੁਛ, ਲਓ ਜੀ ਆਹ ਕੁਛ ਫਲ ਵਾਲੀਆਂ ਆ ਗਈਆਂ ਦੁਕਾਨਾਂ, ਐਵੇਂ ਦੀਆਂ ਸਾਰੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ ਦੇਖਣ ਨੂੰ। ਅਤੇ ਕਾਫੀ ਰੌਣਕ ਹੈ ਸ਼ਹਿਰ ਦੇ ਵਿੱਚ, ਕਾਫੀ ਵੱਡਾ ਸ਼ਹਿਰ ਹੈ ਮਾਛੀਵਾੜਾ ਸਾਹਿਬ, ਅਤੇ ਕਿਉਂਕਿ ਗੁਰਦੁਆਰਾ ਸਾਹਿਬ ਨੇ ਇੱਥੇ ਇਤਿਹਾਸਕ ਤਾਂ ਕਰਕੇ ਇੱਥੇ ਸੰਗਤਾਂ ਬਹੁਤ ਆਉਂਦੀਆਂ ਨੇ। ਬਾਕੀ ਆਹ ਬੈਂਕਾਂ ਨੇ ਕੁਛ ਇੱਥੇ, ਆਹ ਕੁਛ ਕਰਿਆਨਾ ਸਟੋਰ ਦੇਖ ਸਕਦੇ ਹੋ ਤੁਸੀਂ, ਕਾਫੀ ਦੂਰ ਤੱਕ ਫੈਲਿਆ ਹੋਇਆ ਬਾਈ ਹੈ ਨਾ ਬਾਜ਼ਾਰ। ਆਹ ਟਾਇਰਾਂ ਵਾਲੀਆਂ ਦੁਕਾਨਾਂ ਆ ਗਈਆਂ, ਜਿਵੇਂ ਆਹ ਵੀ ਕਰਿਆਨਾ ਸਟੋਰ ਆ ਗਿਆ, ਬੈਂਕਾਂ ਹਰੇ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਨੇ ਇੱਥੇ, ਆਹ ਕੇਂਦਰਾ ਬੈਂਕ ਆ ਗਈ, ਜਿਵੇਂ ਇੱਧਰ ਦੁਕਾਨਾਂ ਨੇ ਸਾਰੀਆਂ। ਬੋਰਡ ਆ ਗਿਆ ਸਾਹਮਣੇ ਲੱਗਿਆ ਹੋਇਆ ਦਾਣਾ ਮੰਡੀ, ਇੱਧਰ ਹੋ ਦਾਣਾ ਮੰਡੀ, ਅੱਛਾ ਆਹ ਦਾਣਾ ਮੰਡੀ ਆ ਗਈ, ਲਓ ਜੀ ਦੇਖੋ ਬਹੁਤ ਦੂਰ ਤੱਕ ਸ਼ਹਿਰ ਫੈਲਿਆ ਹੋਇਆ ਦੇਖ ਸਕਦੇ ਹੋ ਤੁਸੀਂ। ਸ਼ਹਿਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ। ਬਾਕੀ ਜੇ ਕੋਈ ਮਾਛੀਵਾੜੇ ਸ਼ਹਿਰ ਪਹਿਲਾਂ ਰਹਿ ਕੇ ਗਿਆ ਜਾਂ ਇੱਥੇ ਰਹਿੰਦਾ ਹੁੰਦਾ ਸੀ, ਉਹ ਵੀ ਦੱਸਿਓ ਵੀ ਕਿੰਨੇ ਸਾਲ ਬਾਅਦ ਤੁਸੀਂ ਸ਼ਹਿਰ ਦੇਖ ਰਹੇ ਹੋ ਸਾਡੀ ਵੀਡੀਓ ਰਾਹੀਂ। ਬਾਕੀ ਸਾਹਮਣੇ ਇੱਕ ਉਹ ਪੈਲਸ ਆ ਗਿਆ ਹਨਾ,
ਆਹ ਸਮਰਾਲੇ ਵਾਲਾ ਰੋਡ ਹੈ ਜਿਹੜਾ ਸਮਰਾਲੇ ਨੂੰ ਜਾਂਦਾ, ਜਿਸ 'ਤੇ ਆਪਾਂ ਹੁਣ ਜਾ ਰਹੇ ਹਾਂ। ਬਾਜ਼ਾਰ 'ਚੋਂ ਆਪਾਂ ਆ ਗਏ ਅਤੇ ਇੱਥੇ ਬਾਈ ਕੋਲ ਰੁਕੇ ਹਾਂ ਗੰਨੇ ਦਾ ਰਸ ਪੀਣ। ਗਰਮੀ ਬਹੁਤ ਜ਼ਿਆਦਾ ਹੋ ਗਈ ਅਤੇ ਮਤਲਬ ਟੈਂਪਰੇਚਰ ਹੋਊ ਬਾਈ ਅੰਮ੍ਰਿਤ ਬਹੁਤ, ਹੈ ਨਾ 35 ਤੋਂ ਪਲੱਸ, ਹਾਂ 35-35 ਟੈਂਪਰੇਚਰ ਆਰਾਮ ਨਾਲ ਹੋਊ। ਬਾਕੀ ਇੱਧਰ ਰੋਡ 'ਤੇ ਖੜ੍ਹੇ ਹਾਂ, ਆਹ ਧੁੱਪ ਦੇਖ ਸਕਦੇ ਹੋ ਬਹੁਤ ਧੁੱਪ ਆ ਤਿੱਖੀ ਪੂਰੀ। ਬਾਕੀ ਬਣਾ ਰਿਹਾ ਬਾਈ, ਗੰਨੇ ਦਾ ਰਸ ਆਪਣਾ ਹੋ ਗਿਆ ਰੈਡੀ ਬਣ ਕੇ ਪੀਂਦੇ ਹਾਂ। ਗਰਮੀ ਬਹੁਤ ਜ਼ਿਆਦਾ ਯਾਰ, ਬੱਸ ਕਰਾਈ ਪਿਆ ਗਰਮੀ ਨੇ। ਹਾਂ ਵੀ ਕੀ ਕਹਿੰਦੀ ਆ ਗਰਮੀ? ਹਾਂਜੀ, ਅੱਜ ਦੀ ਵੀਡੀਓ ਦਾ ਅਪੈਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨੈਕਸਟ ਵਲੌਗ 'ਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।